ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਖਾਲਸਾ ਜੀ, ਅੱਜ ਸਾਡਾ ਦੇਗ ਤੇਗ ਫਤਿਹ ਹੈਰੀਟੇਜ ਗਰੁੱਪ ਵੱਲੋਂ ਸਾਡੇ ਸਿੰਘਾਂ ਦਾ ਉਪਰਾਲਾ ਹੈ। ਅੱਜ ਅਸੀਂ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਹੁਕਮ ਦੇ ਨਾਲ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਭੰਗਾਣੀ ਸਾਹਿਬ ਦਾ ਇਤਿਹਾਸ ਹੈ, ਜਿਹੜੀ ਭੰਗਾਣੀ ਸਾਹਿਬ ਦੀ ਜੰਗ ਹੋਈ ਹੈ, ਉਹ ਕਹਿੰਦੇ ਨੇ ਵੀ ਜਦੋਂ ਜਿਹੜੀ ਭੰਗਾਣੀ ਸਾਹਿਬ ਦੀ ਜੰਗ ਹੈ, ਇਹਦੀ ਹਿਸਟਰੀ ਨੂੰ ਇੱਕਦਮ ਬਦਲ ਕੇ ਰੱਖ ਦਿੱਤਾ। ਇਸ ਜਗ੍ਹਾ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਖੜ੍ਹੇ ਹਾਂ, ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਪਾਤਸ਼ਾਹੀ ਦਸਵੀਂ, ਅਸੀਂ ਉੱਥੇ ਖੜ੍ਹੇ ਹਾਂ। ਇੱਥੇ ਬਹੁਤ ਵੱਡਾ ਜੰਗ ਹੋਇਆ ਸੀਗਾ। ਇਹ ਜਿਹੜਾ ਪਵਿੱਤਰ ਅਸਥਾਨ ਹੈ, ਇਹ ਗੁਰੂ ਸਾਹਿਬ ਨੇ ਇੱਥੇ ਪਹਿਲਾ ਜਿਹੜਾ ਯੁੱਧ ਸੀਗਾ ਉਹ ਫਤਿਹ ਕੀਤਾ ਸੀ। ਇਹ ਜਿਹੜਾ ਯੁੱਧ ਹੈ ਇੱਥੇ 6 ਵਿਸਾਖ 1686 ਈਸਵੀ ਨੂੰ ਸ਼ੁਰੂ ਹੋਇਆ ਸੀਗਾ। ਇਸ ਵੇਲੇ ਗੁਰੂ ਸਾਹਿਬ ਦੀ ਜਿਹੜੀ ਫੌਜ ਸੀਗੀ ਉਹਦੇ ਜਿਹੜੇ ਕਮਾਂਡਰ ਸਨ, 5 ਕਮਾਂਡਰ ਕਹਿੰਦੇ ਨੇ ਗੁਰੂ ਸਾਹਿਬ ਦੀ ਫੌਜ ਦੇ ਸਨ, ਉਹਨਾਂ ਦੇ ਵਿੱਚ ਗੁਰੂ ਸਾਹਿਬ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ, ਬੀਬੀ ਬੀਰੋ ਜੀ ਦੇ 5 ਪੁੱਤਰ ਸੰਘੋ ਸ਼ਾਹ, ਗੁਲਾਬ ਰਾਏ, ਜੀਤਮਲ, ਗੰਗਾ ਰਾਮ, ਮਾਰੀ ਚੰਦ ਸਢੌਰੇ ਵਾਲੇ, ਅਤੇ ਪੀਰ ਬੁੱਧੂ ਸ਼ਾਹ ਜੀ ਦੇ 700 ਚੇਲੇ, 2 ਭਰਾ, 4 ਪੁੱਤਰ, 84 ਬਾਬਾ ਕਿਰਪਾਲ ਦਾਸ ਜੀ, ਜਿਨ੍ਹਾਂ ਦੀ ਜਿਹੜੀ ਬਾਬਾ ਕਿਰਪਾਲ ਦਾਸ ਜੀ ਆ ਜਿਹੜੇ ਉਹ ਉਦਾਸੀ ਸੰਤ ਸਨ। ਇੱਥੋਂ ਗੁਰੂ ਸਾਹਿਬ ਦੇ ਜਿਹੜੇ ਵਿਰੋਧੀ ਰਾਜੇ ਸਨ ਉਹਨਾਂ ਦੇ ਵਿੱਚ ਰਾਜਾ ਹਰੀਚੰਦ ਹੰਡੂਰੀਆ, ਭੀਮ ਚੰਦ, ਫਤਿਹ ਚੰਦ, ਭੀਖਣ ਖਾਂ, ਵੀਰ ਸੈਨ ਮੰਡੀ, ਕਿਰਪਾਲ ਚੰਦ ਕਾਂਗੜਾ ਅਤੇ ਗੋਪਾਲ ਚੰਦ ਗੁਲੇਰੀਆ, ਅਤੇ ਜਿਹੜੇ ਮੁਗਲਾਂ ਵੱਲੋਂ ਸੀਗੇ ਅਧੂਕਰ ਸ਼ਾਹ, ਅਤੇ ਜਿਹੜੇ ਦਿੱਲੀ ਦਰਬਾਰ ਦੀ ਫੌਜ ਅਤੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਦਾ ਸਾਰਿਆਂ ਦਾ ਰਲ ਕੇ ਜਿਹੜਾ ਕਾਫਲਾ ਸੀਗਾ। ਇਹ ਕਹਿੰਦੇ ਨੇ ਵੀ 25,000 ਤੋਂ ਵੱਧ ਸੈਨਾ ਜਿਹੜੀ ਸੀਗੀ ਉਹਨਾਂ ਕੋਲ ਸੀਗੀ, ਜਿਹੜੇ ਵਿੱਚੇ ਮੁਗਲਾਂ ਦੇ ਸੀਗੇ, ਵਿੱਚੇ ਪਹਾੜੀ ਰਾਜੇ ਸੀਗੇ, ਉਹਨਾਂ ਨੇ ਇੱਥੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਨਾਲ ਜੰਗ ਹੋਇਆ। ਇਸ ਜਗ੍ਹਾ 'ਤੇ ਗੁਰੂ ਸਾਹਿਬ ਨੇ ਇੱਕ ਨਾਰਾ ਵੀ ਦਿੱਤਾ ਸੀ, ਮਾਰਨ ਸ਼ਾਬਦ ਖਾਨ ਕੋ ਸੰਘੋ ਜੂਜੈ ਜੁਝਾਰ, ਹਾ ਹਾ ਇਹ ਲੋਕ ਹੈ ਭਇਓ ਸੁਰਗ ਲੋਕ ਜੈਕਾਰ। ਕਹਿੰਦੇ ਨੇ ਵੀ ਇਸ ਜਗ੍ਹਾ ਨਜਾਫਤ ਖਾਨ ਜਿਹੜਾ ਮੁਗਲ ਜਿਹੜਾ ਸਾਮਰਾਜ ਦਾ ਬਹੁਤ ਵੱਡਾ ਜਰਨੈਲ ਸੀਗਾ, ਸੰਘੋ ਸ਼ਾਹ ਜੀ ਨਾਲ ਉਹਦਾ ਯੁੱਧ ਜਿਹੜਾ ਬਹੁਤ ਜ਼ੋਰ ਨਾਲ ਹੋਇਆ ਅਤੇ ਸੰਘੋ ਸ਼ਾਹ ਜੀ ਵੀ ਇੱਥੇ ਸ਼ਹੀਦ ਹੋ ਗਏ ਸੀਗੇ, ਜਿਹੜੇ ਸਾਡੇ ਜਿਹੜੇ ਗੁਰੂ ਸਾਹਿਬ ਦੇ ਜਰਨੈਲ ਸਨ ਉਹ ਵੀ ਸ਼ਹੀਦ ਹੋ ਗਏ ਸੀ। ਅਤੇ ਇੱਥੇ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਜ਼ੋਰ ਨਾਲ ਲੜਾਈ ਹੋਈ। ਕਹਿੰਦੇ ਨੇ ਵੀ 12 ਦਿਨ ਜਿਹੜਾ ਯੁੱਧ ਹੈ ਉਹ ਇੱਥੇ ਚੱਲਦਾ ਰਿਹਾ। ਇੱਥੇ 12 ਦਿਨ ਤੋਂ ਬਾਅਦ 13ਵੇਂ ਦਿਨ ਗੁਰੂ ਸਾਹਿਬ ਨੇ ਜਿਹੜਾ ਇਹ ਜਿਹੜਾ ਯੁੱਧ ਹੈ ਉਹ ਫਤਿਹ ਕਰਿਆ ਸੀਗਾ। ਇੱਥੇ ਹਰੀਚੰਦ ਜਿਹੜਾ ਰਾਜਾ ਸੀ ਉਹ ਬੜੇ ਗੁੱਸੇ ਨਾਲ ਲੜਾਈ ਲੜਦਾ ਸੀ। ਉਹਨੇ ਕਮਾਨ ਫੜ ਕੇ ਗੁਰੂ ਜੀ ਦੇ 3 ਵਾਰ ਕੀਤੇ। ਪਹਿਲਾ ਵਾਰ ਹਜੂਰ ਦੇ ਘੋੜੇ ਦੀ ਕਾਠੀ 'ਚ ਲੱਗਾ, ਦੂਜਾ ਗੁਰੂ ਜੀ ਦੀ ਦਸਤਾਰ ਦੇ ਕੰਨ ਨੂੰ ਛੋਹ ਕੇ ਲੰਘਿਆ, ਅਤੇ ਤੀਜਾ ਗੁਰੂ ਸਾਹਿਬ ਦੀ ਜਿਹੜਾ ਕਮਰ ਕੱਸਾ ਹੁੰਦਾ ਜਿਹਨੂੰ ਕਹਿੰਦੇ ਪੇਟੀ ਉਹਦੇ ਵਿੱਚ ਲੱਗਿਆ, ਅਤੇ ਉਹਨੇ ਛੋਟਾ ਜਿਹਾ ਮਾੜਾ ਜਿਹਾ ਜ਼ਖਮ ਕਰਿਆ ਸੀਗਾ। ਉਸ ਟਾਈਮ ਗੁਰੂ ਸਾਹਿਬ ਨੇ ਕਿਹਾ ਸੀ, ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ। ਅਤੇ ਗੁਰੂ ਸਾਹਿਬ ਜੋਸ਼ ਵਿੱਚ ਆਏ, ਉਹਨਾਂ ਨੇ ਇੱਕ ਤੀਰ ਨਾਲ ਹੀ, ਕਹਿੰਦੇ ਸਿਰਫ ਇੱਕ ਤੀਰ ਉਹਨਾਂ ਨੇ ਗੁਰੂ ਸਾਹਿਬ ਨੇ ਚਲਾਇਆ, ਅਤੇ ਜਿਹੜਾ ਹਰੀਚੰਦ ਜਿਹੜਾ ਸੀਗਾ ਰਾਜਾ ਉਹ ਇੱਕ ਤੀਰ ਨਾਲ ਗੁਰੂ ਸਾਹਿਬ ਨੇ ਉਹਨੂੰ ਮੌਤ ਬਖਸ਼ਤੀ। ਅਤੇ ਇੱਥੇ ਹਰੀਚੰਦ ਦੇ ਮਰਨ ਦੇ ਨਾਲ ਹੀ ਆ ਜਦ ਇੱਥੇ ਗੁਰਦੁਆਰਾ ਸਾਹਿਬ 'ਚ ਜਿੱਥੇ ਅਸੀਂ ਤੀਰਗੜੀ ਸਾਹਿਬ ਦੇ ਕੋਲ ਖੜ੍ਹੇ ਹਾਂ, ਇੱਥੇ ਥੱਲੇ ਇਹ ਮੈਦਾਨ ਹੈ, ਖਾਸੀ ਦੂਰ ਤੱਕ ਮੈਦਾਨ ਹੈ ਖਾਲੀ, ਉਹਦੇ ਵਿੱਚ ਹਰੀਚੰਦ ਦੀ ਜਿਹੜੀ ਹੈ ਉਹ ਸਮਾਧ ਹੁਣ ਵੀ ਮੌਜੂਦ ਹੈ। ਗੁਰੂ ਸਾਹਿਬ ਨੇ ਇੱਥੇ ਕਿਹਾ ਸੀ, ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ, ਰਣਜੀਤ ਆਏ ਜਯੰਤ ਗੀਤ ਗਾਏ। ਇਹ ਇੱਥੇ ਜਿਹੜਾ ਗੁਰਦੁਆਰਾ ਤੀਰਗੜੀ ਸਾਹਿਬ ਹੈ, ਭੰਗਾਣੀ ਸਾਹਿਬ ਜੀ ਨੂੰ ਜਿੱਥੇ ਜੰਗ ਹੋਈ ਸੀਗੀ ਉਹਦਾ ਇਤਿਹਾਸ ਹੈ। ਇੱਥੇ ਬਾਬਾ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ 12 ਦਿਨ ਜੰਗ ਖੜ੍ਹਾ ਕੇ ਕਰਿਆ, 13ਵੇਂ ਦਿਨ ਆਪਣੇ ਹੱਥ ਦੇ ਨਾਲ ਉਹਨੇ ਫਤਿਹ ਕਰਿਆ ਮਹਾਰਾਜ ਨੇ। ਇੱਥੇ ਬਹੁਤ ਦੂਰ ਦੂਰ ਦੀਆਂ ਸੰਗਤਾਂ ਮਹਾਰਾਜ ਦੇ ਘਰ ਆਉਂਦੀਆਂ ਨੇ, ਆਪਣੇ ਚਰਨਾਂ ਦੇ ਵਿੱਚ ਬੈਠ ਕੇ ਸੁਣਨਾ ਵੀ ਸੋਹਣੇ ਸੁੱਖ ਪਾਉਂਦੀਆਂ ਪਈਆਂ ਨੇ। ਗੁਰੂ ਸਾਹਿਬ ਜੀ
ਦਸ਼ਵੇਂ ਪਾਤਸ਼ਾਹ ਜੀ ਪੌਂਟਾ ਸਾਹਿਬ ਦੀ ਧਰਤੀ 'ਤੇ ਜਿਸ ਟਾਈਮ ਆਏ, ਪੌਂਟਾ ਸਾਹਿਬ ਦੀ ਧਰਤੀ ਆ ਕੇ 4.5 ਸਾਲ ਗੁਰੂ ਸਾਹਿਬ ਜੀ ਪੌਂਟਾ ਸਾਹਿਬ ਰਹੇ। ਉੱਥੋਂ ਅੱਛਾ ਉਸ ਜਗ੍ਹਾ ਤੋਂ ਚੱਲ ਕੇ ਗੁਰੂ ਸਾਹਿਬ ਜੀ ਫਿਰ ਇਸ ਥਾਂ 'ਤੇ ਪਹੁੰਚੇ। ਭਗਾਣੀ ਦਾ ਯੁੱਧ ਜਿਹੜਾ ਗੁਰੂ ਸਾਹਿਬ ਨੇ ਇਸ ਜਗ੍ਹਾ 'ਤੇ ਵੀ ਕਰਨਾ ਸੀ, ਅਤੇ 13 ਦਿਨ ਗੁਰੂ ਸਾਹਿਬ ਜੀ ਇਸ ਜਗ੍ਹਾ ਦੇ ਵਿੱਚ ਉਹਨੇ ਯੁੱਧ ਦਾ ਨਜ਼ਾਰਾ ਦੇਖਿਆ। ਇਸ ਤਰ੍ਹਾਂ ਉਹ ਬੋਹੜ ਦਾ ਜਿਹੜਾ ਆਪਾਂ ਦੇਖਿਆ ਨਾ ਬੋਹੜ ਦਰਖਤ, ਇਹਦਾ ਗੁਰੂ ਸਾਹਿਬ ਜੀ ਨੇ ਓਟ ਆਸਰਾ ਲਿਆ। ਓਟ ਆਸਰਾ ਲੈਣ ਕਰਕੇ ਫਿਰ ਉਸਨੇ ਰਾਜਾ ਦਾ ਹਰੀ ਚੰਦ ਦੀ ਸਮਾਧ ਥੱਲੇ ਹੈ 1 ਕਿਲੋਮੀਟਰ ਥੱਲੇ ਦੂਰ, ਉਹ ਜਿਹੜਾ ਆਹਮਣੋ ਸਾਹਮਣਾ ਟਾਲਾ ਗੁਰੂ ਸਾਹਿਬ ਜੀ ਨੇ ਦੋਨਾਂ ਦੇ ਹੋਇਆ। ਫਿਰ ਉਸਨੇ ਗੁਰੂ ਸਾਹਿਬ ਜੀ ਨੂੰ ਲੜਕਾਰਿਆ ਕਿ ਗੁਰੂ ਸਾਹਿਬ ਜੀ ਜਿਹੜੇ ਆਪਾਂ ਕਿਉਂ ਗੁਰੂ ਸਾਹਿਬ ਜੀ 'ਚ ਮੈਂ ਥਾਕ ਹੈ, ਉਹਨੇ ਸਾਰੀ ਹਿਸਟਰੀ ਦੇਖੀ। ਅਤੇ ਉਸ ਰਾਜਾ ਨੇ ਫਿਰ ਆਪਣੀ 25,000 ਸੈਨਾ ਲੈ ਕੇ ਉਹ ਰਣਭੂਮੀ 'ਚ ਪਹੁੰਚੇ। ਇੱਥੇ 7,000 ਗੁਰੂ ਸਾਹਿਬ ਦੀ ਫੌਜ ਸੀ ਅਤੇ ਉੱਚੀ ਟਿੱਬੀ ਦੇ ਗੁਰੂ ਸਾਹਿਬ ਦੀ ਫੌਜ ਸੀ। ਅਤੇ ਉੱਚੀ ਟਿੱਬੀ ਦੇ ਫੌਜ ਕਰਕੇ ਫਿਰ 12 ਦਿਨ ਜਿਸ ਟਾਈਮ ਜੰਗ ਦਾ ਨਜ਼ਾਰਾ ਦੇਖਿਆ ਗੁਰੂ ਸਾਹਿਬ, ਗੁਰੂ ਸਾਹਿਬ ਜੀ ਨੀਲੇ ਘੋੜੇ 'ਤੇ ਸਵਾਰ ਹੋ ਕੇ ਇਸ ਜਗ੍ਹਾ ਖੜ੍ਹੇ ਰਹੇ, ਜੰਗ ਦਾ ਨਜ਼ਾਰਾ ਦੇਖਦੇ ਰਹੇ। 12 ਦਿਨ ਜੰਗ ਕਰਕੇ 13ਵੇਂ ਦਿਨ ਉਹ ਰਾਜਾ ਹਰੀਚੰਦ ਹੰਡੂਰੀਆ ਉਸਨੇ ਫਿਰ ਗੁਰੂ ਸਾਹਿਬ ਨੂੰ ਸੰਬੋਧਨ ਕੀਤਾ, ਗੁਰੂ ਸਾਹਿਬ ਜੀ ਜਿਹੜੇ ਆਪਾਂ 11 ਦੇ ਬੱਚਿਆਂ ਨੂੰ ਲੜਾਕਾ ਮਾਰਦੇ ਇਹ ਵੀ ਆਪਣੇ ਸਿਰ 'ਤੇ ਪਾਪ ਹੈ, ਆਮਣ ਸਾਹਮਣਾ ਟਾਕਰਾ ਕਰ ਲਈ। ਗੁਰੂ ਸਾਹਿਬ ਜੀ ਹੱਸ ਪਏ ਕਿ ਭਾਈ 12 ਦਿਨ ਯੁੱਧ ਕਰਿਆ ਕਿਸ ਕਰਕੇ, ਤੇਰੇ ਟਾਕਰੇ ਕਰਕੇ, ਕਿਉਂ ਤੂੰ ਵਿੱਦਿਆ ਦਾ ਤਾਂ ਨਹੀਂ, ਬਲ ਵੀ ਸਭ ਕਲਾ ਭਰਪੂਰ ਹੈ, ਪਰ ਤੂੰ ਮਾਰਿਆ ਕਿਉਂ? ਤੇਰਾ ਅੰਦਰ ਹੰਕਾਰ ਹੈ, ਹੰਕਾਰ ਹੈ ਸੋ ਮਾਰਿਆ ਕਰ ਵਾਰ। ਉਹ ਕਹਿਣ ਲੱਗਾ ਗੁਰੂ ਸਾਹਿਬ ਜੀ ਮੈਂ ਵਾਰ ਪਹਿਲਾਂ ਨਹੀਂ ਕਰੂੰ, ਪਹਿਲਾ ਵਾਰ ਤੁਸੀਂ ਕਰੋਗੇ। ਗੁਰੂ ਸਾਹਿਬ ਨੇ ਕਿਹਾ ਨਹੀਂ ਭਾਈ ਤੂੰ ਵਾਰ ਕਰ, 1 ਨਹੀਂ 2 ਨਹੀਂ 3 ਵਾਰ ਕਰ। ਉਸ ਰਾਜਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਮੈਨੂੰ 1 ਵਾਰ ਦੇ ਦਿਓ ਬਸ। ਗੁਰੂ ਸਾਹਿਬ ਨੇ ਕਿਹਾ ਨਹੀਂ ਭਾਈ, ਯੋਧਾ ਤੂੰ ਯੋਧਾ, ਸੂਰਵੀਰ, ਨਿਸ਼ਾਨ ਜੀ, ਵਿੱਦਿਆ ਧਨੀ, ਸਭ ਕਲਾ ਭਰਪੂਰ ਹੈ, 3 ਵਾਰ ਕਰ। ਉਸਨੂੰ ਥੱਲਿਓਂ ਉਹਦੀ ਸਮਾਧ ਹਾਲ ਤੱਕ ਰਾਜਾ ਦੀ ਮੌਜੂਦ ਹੈਗੀ ਉਸ ਜਗ੍ਹਾ ਦੇ ਵਿੱਚ। ਉਸਨੇ ਉਸ ਜਗ੍ਹਾ 'ਤੇ 3 ਵਾਰ ਗੁਰੂ ਸਾਹਿਬ ਪਰ ਇਜਾ ਕੀਤੀ। ਪਹਿਲਾ ਵਾਰ ਗੁਰੂ ਸਾਹਿਬ ਦੇ ਘੋੜੇ ਦੀ ਕਾਠੀ ਲੱਗਾ, ਦੂਜਾ ਦਸਤਾਰ ਨੂੰ ਖਹਿੰਦੇ, ਤੀਜਾ ਕਮਰ ਕਸੀ ਦੀ ਪੇਟੀ ਚੰਮ ਦੀ ਚੀਰ ਕੇ ਥੋੜ੍ਹੀ ਚੰਝ ਮਾਸ ਲੱਗੀ। ਇੱਕ ਮਾਸ ਲੱਗਦੇ ਫਿਰ ਗੁਰੂ ਸਾਹਿਬ ਨੂੰ ਜੋਸ਼ ਆਇਆ, ਗੁਰੂ ਸਾਹਿਬ ਨੇ ਫਿਰ ਇਸ ਜਗ੍ਹਾ 'ਤੇ ਵੀ ਖੜ੍ਹੇ ਹੋ ਕੇ ਸਮਝ 'ਚ ਆਇਆ ਵੀ ਜਬ ਮਾਨ ਲਾ ਗਿਓ ਤਾਂ ਫਿਰ ਹੋ ਸਕਦਾ, ਭਈ ਜੀਤ ਮੇਰੀ ਕਿਰਪਾ ਕਰ ਤੇਰੀ। ਜਿਸ ਟਾਈਮ ਉਹਦੇ 3 ਵਾਰ ਲੱਗਦੇ ਫਿਰ ਗੁਰੂ ਸਾਹਿਬ ਨੇ ਉਹਦਾ ਨਿਸ਼ਾਨਾ ਦੇਖਿਆ, ਜਿਹਦਾ ਮੂੰਹ ਦਾ ਨਿਸ਼ਾਨਾ ਨੰਗਾ ਸੀ, ਬਾਕੀ ਸਹਿ ਨੰਗੀ ਕੋਈ ਨਹੀਂ। ਫਿਰ ਗੁਰੂ ਨੇ ਬੋਹੜ ਥਾਲ 'ਤੇ ਖੱਲੇ ਖੜ੍ਹੇ ਹੋ ਕੇ ਉਹਦਾ 3 ਸਿੱਧਾ ਹੀ ਬਾਣ ਮੂੰਹ ਦਾ ਨਿਸ਼ਾਨਾ ਬੰਨਿਆ। ਪਹਿਲਾ ਬਾਣ ਛੱਡਦੇ ਤਾਂ ਮੱਥੇ ਦੇ ਵਿੱਚ ਵੱਜਦਾ ਹੀ ਮੂੰਹਦਾ ਮੂੰਹ ਘੋੜੇ ਥੱਲੇ, ਜਾਂ ਥੱਲੇ ਡਿੱਗੇ ਜਿਹੜੀ ਫੌਜ ਸੀ ਉਹ ਡਰ ਦੀ ਮਾਰੀ ਮੈਦਾਨ ਛੱਡ ਕੇ ਭਾਜ ਉੱਠੀ। ਭਾਜ ਉੱਠਦਾ ਨਾ ਤਾਂ ਇਸ ਜੰਗ ਨੂੰ ਭਗਾਣੀ ਹੈ, ਤਾਂ ਇਹਨੂੰ ਭਗਾਣੀ ਦਾ ਯੁੱਧ ਕਹਿੰਦੇ। ਤੀਰਗੜੀ ਗੁਰੂ ਸਾਹਿਬ ਦੀ ਪੇਟੀ ਤੀਰ ਲੱਗਾ, ਤਾਂ ਇਹ ਤੀਰਗੜੀ ਹੈ। ਹਰ ਪੂਰਨਮਾਸੀ ਮਨਾਉਂਦੇ ਇੱਥੇ, ਸੰਗਤ ਆਉਣ ਜਾਣ ਦੀ ਬਹੁਤ ਇਕੱਠੀ ਹੁੰਦੀ। ਅਤੇ ਇਸ ਜਗ੍ਹਾ ਦੀ ਸੇਵਾ ਬਾਬਾ ਸੰਤ ਸਰੂਪ ਸਿੰਘ ਜਿਹੜੇ ਵੱਡੇ ਬਜ਼ੁਰਗ ਤੇ ਉਹ ਆਪਣੇ ਸੰਨ 1996 ਦੇ ਵਿੱਚ ਪੂਰੇ ਹੋ ਗਏ। ਉਸ ਦੇ ਬਾਅਦ ਦਾਸ ਨੇ ਕਿਰਪਾ ਕਰੀ, ਗਾਹਾਂ ਆਪਣੇ ਆਪ ਸੇਵਾ ਚੱਲੀ ਆ, ਇੱਥੇ ਤਾਂ ਮਹਾਰਾਜ ਦੀ ਕਿਰਪਾ ਨਾਲ ਤਾਂ ਸਾਂਭਾ ਸੰਭਾਈ ਆ, ਸੰਗਤ ਆਉਂਦੀ ਜਾਂਦੀ ਆ, ਸਾਂਭ ਸੰਭਾਈ ਸੰਗਤ ਦੀ, ਤਾਂ ਕਿ ਕੋਈ ਸੰਗਤ ਬਾਹਰੋਂ ਦੂਰੋਂ ਨੇੜੋਂ ਚੱਲ ਕੇ ਲੰਗਰ ਪਾਣੀ ਛਕੋ, ਰਿਆਜ਼ ਕਰੋ, ਆਰਾਮ ਕਰੋ ਇੱਥੇ, ਇਹ ਇੱਥੇ ਦਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਾਰਜੋਗ ਖਾਲਸਾ ਜੀ। ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ, ਜਿਹੜੇ ਗੁਰਦੁਆਰਾ ਤੀਰਗੜੀ ਸਾਹਿਬ ਹੈ, ਭੰਗਾਣੀ ਸਾਹਿਬ, ਜਿੱਥੇ ਜੰਗ ਹੋਈ ਸੀ ਗੁਰੂ ਸਾਹਿਬ ਦੀ ਅਤੇ ਪਹਾੜੀ ਰਾਜਿਆਂ ਦੀ, ਅਤੇ ਨਾਲ ਮੁਗਲ ਵੀ ਸੀਗੇ, ਉਸ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜੇ ਸ਼ਸਤਰ ਹੈ, ਕਿਉਂਕਿ ਜਿਹੜੇ ਸਿੱਖ ਹੈ ਸਿੱਖਾਂ ਦੇ ਲਿਖਿਆ ਸ਼ਸਤਰਾਂ ਦੇ ਅਧੀਨ ਹੈ ਰਾਜ, ਜਿੱਥੇ ਵੀ ਸ਼ਸਤਰ ਹੈ ਸ਼ਸਤਰਾਂ ਦੀ ਪੂਜਾ ਪਹਿਲਾਂ ਹੈ, ਅਤੇ ਜਾਣੀ ਮਹਾਰਾਜ ਪ੍ਰਕਾਸ਼ ਹੁੰਦੇ ਨੇ ਅਤੇ ਸ਼ਸਤਰਾਂ ਨੂੰ ਵੀ ਅਸੀਂ ਪੂਜਾ ਕਰਦੇ ਹਾਂ। ਅੱਜ ਮੈਂ ਉਹ ਤੁਹਾਨੂੰ ਦਿਖਾਉਣ ਲੱਗਿਆ ਵੀ ਜਿਹੜੇ ਗੁਰੂ ਸਾਹਿਬ ਦੇ ਟਾਈਮ ਦੇ ਸ਼ਸਤਰ ਹੈ, ਜਦੋਂ ਇੱਥੇ ਜੰਗ ਹੋਇਆ ਸੀ ਇੱਥੇ ਸ਼ਸਤਰ ਜਿਹੜੇ ਤੀਰ ਜਾਂ ਹੋਰ ਜਿਹੜੇ ਛੋਟੇ ਸ਼ਸਤਰ ਸੀਗੇ ਉਹ ਪਏ ਨੇ। ਇਹ ਆਹ ਹੁਣ ਇੱਕ ਤੁਸੀਂ ਦੇਖ ਸਕਦੇ ਹੋ ਛੋਟੇ ਤੀਰ ਸਾਹਿਬ ਹੈ, ਬਹੁਤ ਪੁਰਾਤਨ ਮੈਂ ਜਿਹੜਾ ਇਸ਼ਾਰਾ ਕਰ ਰਿਹਾ। ਇਹ ਕਹਿੰਦੇ ਨੇ ਵੀ ਜਦੋਂ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਸੀਗੇ ਉਦੋਂ ਇਹ ਜਗ੍ਹਾ ਜਿਹੜੀ ਹੈ ਇੱਥੇ ਇਹ ਤੀਰ ਸਾਹਿਬ ਇਹ ਇੱਥੋਂ ਕਿਤੇ ਜਿਹੜੀ ਜ਼ਿਆਦਾ ਨਿਉਆਂ ਪੱਟੀਆਂ ਜਾਂ ਹੋਰ ਕੁਛ ਖੁਦਾਈ ਚੱਲਦੀ ਸੀ ਇੱਥੇ ਗੁਰਦੁਆਰਾ ਸਾਹਿਬ ਦੀ, ਉਦੋਂ ਇਹ ਜਿਹੜੇ ਹੈ ਇਹ ਮਿਲੇ ਸੀ। ਇੱਕ ਪਰਲੇ ਪਾਸੇ ਸ਼ਸਤਰ ਪਏ ਨੇ ਉਹ ਢਾਲ ਸਾਹਿਬ ਦੇ ਕੋਲ, ਉਹ ਵੀ ਕਹਿੰਦੇ ਨੇ ਵੀ ਪੁਰਾਤਨ ਨੇ, ਉਹ ਵੀ ਪੁਰਾਣੇ ਟਾਈਮ ਦੇ ਨੇ, ਇਹ ਸਾਰੇ ਪੁਰਾਤਨ ਸ਼ਸਤਰ ਨੇ। ਆਹ ਮੈਂ ਆਹ ਸ੍ਰੀ ਸਾਹਿਬ ਹੈ, ਇਹ ਵੀ ਪੁਰਾਣੀਆਂ ਨੇ।
ਨਿਸ਼ਾਨਾ ਨੂੰ ਖਾਲਸਾ ਪਾਵੇ ਜਿਹੜਾ ਸੁਣਦਾ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ ਰਾਜ ਚਿੱਤੋ ਗੁਪਤੋ ਸ਼ਹੀਦੋ ਸਿੰਘ ਗੁਰੂ ਪਿਆਰੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬਾਕੀਆਂ ਫੌਜਾਂ ਦਿਓ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਪੁਰ ਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਕਾ ਖਾਲਸਾ ਜਪੇ ਅਕਾਲ ਅਕਾਲ ਗੁਰ ਪਰਾਕਾਸ ਤੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਏ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਖਾਲਸੇ ਪੰਥ ਦੀਆਂ ਸਦਾ ਚੜ੍ਹਦੀਆਂ ਕਲਾ ਰੱਖਣੀਆਂ ਮੇਰ ਪਰੇ ਹੱਥ ਰੱਖਣੇ ਦੁੱਖਾਂ ਕਲੇਸ਼ਾਂ ਦਾ ਨਾਸ਼ ਤੇਰੀ ਬਾਣੀ ਦਾ ਸਦਾ ਹੀ ਰਵੇ ਪ੍ਰਕਾਸ਼ ਤਨ ਮਨ ਠਰ ਜਾਂਦਾ